ਪਿੰਡ ਬੇਰੀਵਾਲਾ ਦਾ ਇਹ ਟੁੱਟਿਆ ਖਸਤਾ ਹਾਲ ਹੋ ਚੁੱਕਿਆ ਪੁਲ, ਇਸੇ ਪੁਲ ਤੇ 1971 ਦੀ ਜੰਗ ਲੜੀ ਗਈ ਸੀ। ਇੱਥੋਂ ਹੀ ਪਾਕਿਸਤਾਨੀ ਸੈਨਾ ਘੁਸਪੈਠ ਕਰਕੇ ਪਿੰਡ ਦੇ ਵਿੱਚ ਦਾਖਲ ਹੋਈ ਸੀ। ਗੱਲ 52 ਸਾਲ ਪੁਰਾਣੀ ਹੈ। 3 ਦਸੰਬਰ 1971 ਦਾ ਉਹ ਦਿਨ, ਸਮਾਂ ਕਰੀਬ 6 ਵਜੇ, ਜਦੋਂ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਸਨ ਤਾਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਸਰਹੱਦ ਤੇ ਬੈਠੇ ਸਥਾਨਕ ਲੋਕ ਜਦੋਂ ਤੱਕ ਕੁਝ ਸਮਝ ਪਾਉਂਦੇ, ਪਾਕਿਸਤਾਨੀ ਸੈਨਾ ਭਾਰਤੀ ਸਰਹੱਦ ਦੇ ਵਿੱਚ ਦਾਖਲ ਹੋ ਚੁੱਕੀ ਸੀ। ਕਈ ਪਿੰਡਾਂ ਦੇ ਸਥਾਨਕ ਲੋਕਾਂ ਨੂੰ ਪਾਕਿਸਤਾਨ ਦੀ ਸੈਨਾ ਨੇ ਕਬਜ਼ੇ ਦੇ ਵਿੱਚ ਲੈ ਲਿਆ, ਜਿਸ ਦੇ ਬਾਅਦ ਉਹ ਲਗਾਤਾਰ ਅੱਗੇ ਵੱਧਦੇ ਗਏ ਤੇ ਪਿੰਡ ਬੇਰੀਵਾਲਾ ਦੇ ਪੁਲ ਤੇ ਆਪਣਾ ਕਬਜ਼ਾ ਜਮਾ ਲਿਆ। ਜੋ ਕਿ ਇੱਥੇ ਹੀ ਨਹੀਂ ਰੁਕਣ ਵਾਲੇ ਸਨ, ਇਹਨਾਂ ਦਾ ਇਰਾਦਾ ਇੱਥੋਂ ਕਬਜ਼ਾ ਕਰਦੇ ਹੋਏ ਦਿੱਲੀ ਤੱਕ ਪਹੁੰਚਣ ਦਾ ਸੀ। ਇਹਨਾਂ ਇਰਾਦਿਆਂ ਨੂੰ ਭਾਰਤੀ ਸੈਨਾ ਦੇ ਜਵਾਨਾਂ ਨੇ ਚੱਕਣਾ ਚੂਰ ਕਰ ਦਿੱਤਾ ਤੇ ਉਹਨਾਂ ਨੂੰ ਬੇਰੀਵਾਲਾ ਪਿੰਡ ਦੇ ਪੁਲ ਤੋਂ ਅੱਗੇ ਨਾ ਵਧਣ ਦਿੱਤਾ ਗਿਆ। ਅੱਜ ਅਸੀਂ ਉਸ ਇਤਿਹਾਸਿਕ ਥਾਂ ਦੇ ਉੱਤੇ ਅਸੀਂ ਪਹੁੰਚੇ ਹਾਂ, ਉਸ ਇਲਾਕੇ ਦੇ ਅੰਦਰ ਪਹੁੰਚੇ ਹਾਂ ਜਿਸ ਇਲਾਕੇ ਦੇ ਅੰਦਰ ਜਿਹੜੀ ਇਹ ਜੰਗ ਲੜੀ ਗਈ। ਇਹ ਬੇਰੀਵਾਲਾ ਦਾ ਇਹ ਜਿਹੜਾ ਪੁਲ ਹੈ ਜਿੱਥੇ ਭਾਰਤ ਪਾਕਿਸਤਾਨ ਦੇ ਵਿਚਕਾਰ ਜਿਹੜਾ ਇਹ ਜੰਗ ਹੋਈ ਸੀਗੀ, ਦੋਨੋਂ ਫੌਜਾਂ ਦੋਨਾਂ ਮੁਲਕਾਂ ਦੀਆਂ ਫੌਜਾਂ ਵੱਲੋਂ ਜਿਹੜੀ ਇਹ ਜੰਗ ਲੜੀ ਗਈ ਸੀ। ਕਿਹਾ ਜਾ ਰਿਹਾ ਕਿ ਇਸ ਇਲਾਕੇ ਨੂੰ ਜਿਹੜਾ ਹੈ ਪਾਕਿਸਤਾਨ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਅਤੇ ਕਈ ਲੋਕਾਂ ਨੂੰ ਆਪਣੇ ਜਿਹੜੀ ਕੈਦ ਵਿੱਚ ਕਰ ਲਿਆ ਸੀਗਾ। ਪਰ ਉਸ ਤੋਂ ਬਾਅਦ ਜਦੋਂ ਭਾਰਤੀ ਫੌਜ ਨੂੰ ਦਮਖਮ ਤੋਂ ਬਾਅਦ ਜਿਹੜਾ ਪਿੱਛੇ ਭੱਜਣਾ ਪਿਆ, ਪਿੱਛੇ ਹਟਣਾ ਪਿਆ ਅਤੇ ਇਸ ਇਲਾਕੇ ਨੂੰ ਭਾਰਤੀ ਫੌਜ ਨੇ ਆਪਣੇ ਦਮਖਮ ਦੇ ਨਾਲ ਛੁਡਾਇਆ ਗਾ। ਇਲਾਕੇ ਦੇ ਅੰਦਰ ਜਿਹੜਾ ਇਹ 3 ਦਸੰਬਰ ਨੂੰ ਜਿਹੜੀ ਇਹ ਜੰਗ ਲੱਗੀ ਸੀ ਅਤੇ 16 ਦਸੰਬਰ ਤੱਕ ਇੱਕ ਵੱਡੀ ਜੰਗ ਜਿਹੜੀ ਇਸ ਇਲਾਕੇ ਦੇ ਅੰਦਰ ਲੜੀ ਗਈ। ਇਹ ਉਹੀ ਜਿਹੜਾ ਪੁਲ ਹੈ ਜਿਸ ਪੁਲ ਦੇ ਉੱਪਰ ਇਹ ਵੱਡੀ ਜੰਗ ਲੜੀ ਗਈ। ਕਿਹਾ ਜਾ ਰਿਹਾ ਕਿ ਜਦੋਂ ਜੰਗ ਦੇ ਬਾਅਦ ਤੱਕ ਵੀ ਜਿਹੜਾ ਇਸ ਇਲਾਕੇ ਦੇ ਅੰਦਰ ਖੂਨ ਜਿਹੜਾ ਜ਼ਮੀਨ ਦੇ ਉੱਪਰ ਦਿਖਾਈ ਦਿੰਦਾ ਸੀ, ਕਦੇ ਵੀ ਬਾਰਿਸ਼ ਆਉਂਦੀ ਸੀ ਤਾਂ ਖੂਨ ਨਾਲ ਜਿਹੜੀਆਂ ਆਪਣੇ ਜ਼ਮੀਨ ਦਿਖਾਈ ਲਾਲ ਹੋ ਜਾਂਦੀ ਸੀਗੀ। ਪੁਲ 'ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਭਾਰਤੀ ਸੈਨਾ ਨੇ ਇਸ ਇਲਾਕੇ ਦੇ ਵਿੱਚ ਇੱਕ ਵੱਡਾ ਯੁੱਧ ਲੜਿਆ ਅਤੇ ਜਿੱਤ ਹਾਸਲ ਕੀਤੀ। ਜਿੱਥੇ ਉਹਨਾਂ ਨੇ ਆਪਣੀ ਧਰਤੀ ਮਾਂ ਦੀ ਰੱਖਿਆ ਕੀਤੀ, ਉੱਥੇ ਉਹਨਾਂ ਨੇ ਲੋਕਾਂ ਨੂੰ ਬਚਾਇਆ ਸੀ। ਇੱਥੇ ਆਪਣੇ ਬੰਦਿਆਂ ਦੀਆਂ ਲੱਤਾਂ ਹੀ ਉੱਡ ਗਈਆਂ ਮਹਿਨਾਂ ਨਾਲ, ਰਾਤ ਨੂੰ ਮਹਿਨਾ ਲਾ ਤੇ ਤੇ ਉਵੇਂ ਰੱਖ ਗਏ ਵਿੱਚ ਹੀ। ਕਿੰਨਾ ਇਲਾਕਾ ਜਿਹੜਾ ਉਹਨਾਂ ਨੇ ਕਬਜ਼ੇ 'ਚ ਲੈ ਲਿਆ ਸੀਗਾ? ਇੱਥੇ ਤਾਂ 15-20 ਪਿੰਡ ਹੈਗੇ, ਸਾਰੇ ਕਬਜ਼ੇ 'ਚ ਲੈ ਲਿਆ ਨੇ। ਫਿਰ ਫੌਜ ਨੇ ਕਿਵੇਂ ਛੁਡਾਏ? ਫੌਜ ਲੜਨ 'ਤੇ ਛਡਾਇਆ ਹੈ, ਫੌਜ ਲੜ 'ਤੇ ਛਡਾਇਆ, ਮਗਰੋਂ ਗੋਲਾ ਹੁੰਦਾ ਰਿਹਾ ਬਹੁਤ ਇੱਥੇ, ਜਿਤਨਾ ਗੋਲਾ ਇੱਥੇ ਵੱਜਿਆ ਨਾ, ਜਿਵੇਂ ਬਾਰਿਸ਼ ਵਰਦੀ ਹੋ ਇੰਨਾ ਗੋਲੇ ਪੈਂਦੇ ਰਹੇ ਇੱਥੇ, ਤਾਂ ਹੀ ਉਹਨਾਂ ਕਹਿੰਦੇ ਲੋਕ ਵੀ ਇਹਨਾਂ ਨੂੰ ਬੰਦੀ ਬਣਾਏ ਸੀ। ਹਾਂ, ਬੰਦੀ ਬਣਾ ਢੱਕੀ ਰੱਖਿਓ ਉਹਨਾਂ ਪਾਕਿਸਤਾਨ ਵਾਲਿਆਂ, ਮੁੜ ਪਿੱਛੇ ਛੱਡੇ ਉਹਨਾਂ ਪੂਰੇ। ਇਸ ਜਗ੍ਹਾ ਤੇ ਫਾਜ਼ਿਲਕਾ ਸੈਕਟਰ ਦਾ ਸਭ ਤੋਂ ਵੱਡਾ ਯੁੱਧ ਲੜਿਆ ਗਿਆ। ਕਈ ਜਵਾਨਾਂ ਨੂੰ ਇਸ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਪਿਆ, ਪਰ ਭਾਰਤੀ ਸੈਨਾ ਦੇ ਵੀਰ ਜਵਾਨਾਂ ਨੇ ਉਹਨਾਂ ਨੂੰ ਅੱਗੇ ਨਾ ਵਧਣ ਦਿੱਤਾ। ਜੋ ਇਲਾਕਾ ਤੇ ਪੁਲ ਪਾਕਿਸਤਾਨੀ ਸੈਨਾ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ, ਭਾਰਤੀ ਸੈਨਾ ਨੇ ਉਸ ਨੂੰ ਛੁਡਾਇਆ ਤੇ ਦੁਸ਼ਮਣ ਤੋਂ ਜਿੱਤੇ ਟੈਂਕ ਤੇ ਗੋਲਾ ਬਾਰੂਦ ਨੂੰ ਭਾਰਤੀ ਸੈਨਾ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਤਾਂ ਇਲਾਕਾ ਜਿਹੜਾ ਹੈ ਚਾਰੋਂ ਤਰਫ ਦੇਖ ਲਓ ਕਿ ਉਸ ਪਾਸੇ ਕੈਮਰੇ ਦੇ ਜਿਸ 'ਤੇ ਤੁਹਾਨੂੰ ਤਸਵੀਰਾਂ ਦਿਖਾਈ ਦੇ ਰਹੀਆਂ ਨੇ, ਤਸਵੀਰਾਂ ਦੇ ਅੰਦਰ ਇਹ ਇਲਾਕਾ ਜਿਹੜਾ ਪਾਕਿਸਤਾਨ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਸੀਗਾ। ਪਰ ਭਾਰਤੀ ਫੌਜ ਨੇ ਜਿਹੜਾ ਹੈ ਕੁਝ ਦਿਨਾਂ ਦੀ ਆਪਣੇ ਦਮਖਮ ਦਿਖਾਉਂਦਿਆਂ
ਜਿਹੜਾ ਇਸ ਇਲਾਕੇ ਨੂੰ ਛੁਡਾਇਆ ਸੀਗਾ ਅਤੇ ਪੁੱਲ ਦਿਖਾ ਦਈਏ ਤੁਹਾਨੂੰ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ। ਇਹ ਇਸ ਜੰਗ ਜਿਹੜੀ ਲੜੀ ਗਈ ਸੀ ਇਸ ਪੁੱਲ ਦੇ ਉੱਪਰ ਲੜੀ ਗਈ ਸੀ ਬੰਬਾਂ ਦੀ ਮਾਰ ਤੋਂ ਬਾਅਦ ਜਿਹੜਾ ਇਸ ਇਲਾਕੇ ਦੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਬਣ ਗਏ। ਪਰ ਸਥਾਨਕ ਲੋਕਾਂ ਦੇ ਮੁਤਾਬਕ ਇਸ ਪੁੱਲ ਨੂੰ ਤੋੜਨ ਵਾਲਾ ਪਾਕਿਸਤਾਨ ਹੀ ਹੈ, ਪਾਕਿਸਤਾਨ ਦੇ ਫੌਜੀ ਨੇ ਜਿਨ੍ਹਾਂ ਨੇ ਜਾਂਦਿਆਂ ਜਾਂਦਿਆਂ ਇੱਥੇ ਬੰਬ ਲਗਾ ਕੇ ਇਸ ਪੁੱਲ ਨੂੰ ਖਤਮ ਕਰ ਦਿੱਤਾ ਕਿ ਤਾਂ ਜੋ ਉਹ ਭਾਰਤੀ ਫੌਜ ਨੂੰ ਅਗਾਂਹ ਵਧਣ ਤੋਂ ਰੋਕ ਸਕਣ ਅਤੇ ਇਸ ਇਲਾਕੇ ਨੂੰ ਅਤੇ ਆਪਣਾ ਹੀ ਕਬਜ਼ਾ ਜਮਾਣ ਸਕਣ। ਪਰ ਦੂਜੇ ਪਾਸੇ ਭਾਰਤੀ ਫੌਜ ਦੀ ਇੱਕ ਵੱਡੀ ਜੰਗ ਕਹਿ ਸਕਦੇ ਆ ਇਸ ਇਲਾਕੇ ਦੇ ਅੰਦਰ ਲੜੀ ਗਈ। ਇਸ ਇਲਾਕੇ ਨੂੰ ਜਿਹੜਾ ਭਾਰਤੀ ਫੌਜ ਨੇ ਛੁਡਾਇਆ ਉੱਥੇ ਕਈ ਸਥਾਨਕ ਲੋਕਾਂ ਨੂੰ ਵੀ ਬਚਾਇਆ ਗਾ। ਪਰ ਇਹ ਜੰਗ ਇੰਨੀ ਆਸਾਨ ਵੀ ਨਹੀਂ ਸੀ। ਪਾਕਿਸਤਾਨੀ ਸੈਨਾ ਕੈਦੀ ਬਣਾਏ ਭਾਰਤੀਆਂ ਨੂੰ ਆਪਣੇ ਨਾਲ ਲੈ ਗਈ ਅਤੇ ਉਹਨਾਂ ਨੂੰ ਕਈ ਮਹੀਨਿਆਂ ਤੱਕ ਕੈਦ ਰੱਖਿਆ ਗਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ 90,000 ਤੋਂ ਜ਼ਿਆਦਾ ਪਾਕਿਸਤਾਨ ਦੇ ਸੈਨਿਕਾਂ ਦੇ ਬਦਲੇ ਭਾਰਤ ਨੇ ਆਪਣੇ ਲੋਕਾਂ ਨੂੰ ਛੁਡਵਾਇਆ ਸੀ। ਇਸ ਜੰਗ ਦੇ ਵਿੱਚ ਪਾਕਿਸਤਾਨ ਦੀ ਕੈਦ ਦੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਨਿਊਜ਼ 18 ਪਹੁੰਚਿਆ ਤਾਂ ਉਹਨਾਂ ਨੇ ਕੈਮਰੇ ਅੱਗੇ ਆਪਣਾ ਦਰਦ ਬਿਆਨ ਕਰਕੇ ਉਸ ਸਮੇਂ ਦੇ ਹਾਲਾਤ ਨੂੰ ਦੱਸਿਆ। ਉਸ ਦਰਦ ਨੂੰ ਬਿਆਨ ਕਰਦੇ ਉਹ ਜੰਗੀ ਕੈਦੀ ਅੱਜ ਵੀ ਮੌਜੂਦ ਹਨ ਜੋ ਇਸ ਜੰਗ ਦੇ ਦੌਰਾਨ ਪਾਕਿਸਤਾਨ ਵੱਲੋਂ ਕੈਦ ਵਿੱਚ ਚਲੇ ਗਏ ਸਨ। ਇੱਕ ਵਰੇ ਦੀ ਕੈਦ ਕੱਟਣ ਤੋਂ ਬਾਅਦ ਜਿਹੜੀ ਇਹ ਉਹਨਾਂ ਦੀ ਜਿਹੜੀ ਘਰ ਵਾਪਸੀ ਹੋਈ ਸੀ। ਪਰ ਉਸ ਸਮੇਂ ਦੇ ਹਾਲਾਤ ਕੀ ਸੀ, ਉਸ ਸਮੇਂ ਦਾ ਦਰਦ ਕੀ ਸੀਗਾ, ਉਸ ਸਮੇਂ ਦੇ ਅੰਦਰ ਜੋ ਇਸ ਇਲਾਕੇ ਦੇ ਅੰਦਰ ਕਿਹਾ ਜਾਂਦਾ ਕਿ 1971 ਦੀ ਜੰਗ ਜਿਹੜੀ ਹੈ ਭਾਰਤ ਪਾਕਿਸਤਾਨ ਦੇ ਅੰਦਰ ਜਿਹੜਾ ਇਲਾਕੇ ਜਿਹੜਾ ਸੀਗਾ ਪਾਕਿਸਤਾਨ ਵੱਲੋਂ ਫਾਜ਼ਿਲਕਾ ਦਾ ਕਈ ਇਲਾਕਾ ਜਿਹੜਾ ਪਹਿਲੇ ਹੱਲੇ ਦੇ ਅੰਦਰ ਹੀ ਜਿਹੜਾ ਆਪਣੇ ਕਬਜ਼ੇ ਦੇ ਅੰਦਰ ਲੈ ਲਿਆ ਸੀਗਾ ਅਤੇ ਇੱਥੋਂ ਦੇ ਬਛਿੰਦਿਆਂ ਨੂੰ ਆਪਣੀ ਕੈਦ ਵਿੱਚ ਕਰ ਲਿਆ ਸੀਗਾ। ਇਸ ਜਿਹੜੀ ਜੰਗ ਦੀ ਜਿਹੜੀ ਦਾਸਤਾਨ ਹੈ, ਜਿਹੜਾ ਦਰਦ ਹੈ, ਅੱਜ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਮੌਜੂਦ ਹੈ। ਫਾਜ਼ਿਲਕਾ ਦੇ ਪਿੰਡ ਬੱਖੂ ਸ਼ਾਹ ਦੇ ਕਸ਼ਮੀਰ ਸਿੰਘ ਦੀ ਪਤਨੀ ਨੇ ਕੈਦ ਦੇ ਦੌਰਾਨ ਬੱਚੇ ਨੂੰ ਜਨਮ ਦਿੱਤਾ ਅਤੇ ਆਪਣੇ ਉਸ ਦਰਦ ਨੂੰ ਬਿਆਨ ਕਰਦੇ ਹੋਏ ਕਸ਼ਮੀਰ ਸਿੰਘ ਅਤੇ ਉਹਨਾਂ ਦੀ ਪਤਨੀ ਨਾਨਕੋ ਬਾਈ ਹੁਣ ਵੀ ਭਾਵੁਕ ਹੋ ਜਾਂਦੇ ਨੇ। ਬਜ਼ੁਰਗ ਹੋ ਚੁੱਕੇ ਇਸ ਜੋੜੇ ਨੇ ਕੈਦ ਦੇ ਵਿੱਚ ਕਈ ਖੌਫਨਾਕ ਰਾਤਾਂ ਬਿਤਾਈਆਂ ਇਸ ਇੰਤਜ਼ਾਰ ਅਤੇ ਉਮੀਦ ਦੇ ਵਿੱਚ ਕਿ ਭਾਰਤੀ ਸੈਨਾ ਇੱਕ ਦਿਨ ਵਾਪਸ ਉਹਨਾਂ ਨੂੰ ਉਹਨਾਂ ਦੇ ਘਰ ਲੈ ਕੇ ਆਵੇਗੀ। ਬੱਚੇ ਨੂੰ ਫਿਰ ਉੱਥੇ ਹੀ ਪਾਲਿਆ ਪੋਸਿਆ, ਕਿੰਨਾ ਟਾਈਮ ਉੱਥੇ ਪਾਕਿਸਤਾਨ ਦੀ ਉਹਦੇ ਤੁਸੀਂ ਜੇਲ੍ਹ 'ਚ ਹੀ ਰੱਖਿਆ ਫਿਰ ਉਦੋਂ ਜਨਮ ਤੋਂ ਬਾਅਦ? ਹਾਂ, ਜੇਲ੍ਹ 'ਚ ਰੱਖਿਆ ਅਤੇ ਮੁੜੋ ਇੱਕ ਹਫ਼ਤਾ ਹਜੇ ਉੱਥੇ ਰੱਖਿਆ ਹੈ, ਮੁੜੋ ਨਾ ਸਾਨੂੰ ਉਹਦੇ ਪਿਛਾਂ ਕਰ ਦਿੱਤਾ ਸਾਹੀਵਾਲ। ਅਸੀਂ ਆਉਂਦੇ ਆ ਵੀ ਸਾਨੂੰ ਭੇਜੋ ਪਿਛਾਂ, ਮੇਰਾ ਬੱਚਾ ਨਿੱਕਾ ਇੱਕ ਰੋਂਦਾ ਹੈ ਅਤੇ ਵੀ ਸਾਨੂੰ ਪਿਛਾਂ ਗੱਲੋ। ਇੱਥੇ ਕੌਣ ਕੌਣ ਸੀ? ਇੱਥੇ ਉੱਧਰ ਕੌਣ ਕੌਣ ਕੈਦ ਹੋਇਆ ਸੀ? ਉਹਦੇ ਤਾਂ ਅਸੀਂ ਸਾਰੇ ਟੱਬਰ ਹੀ ਗਏ ਵੀ ਵਲੇ ਗਏ ਸੀ, ਸਾਰੇ ਟੱਬਰ ਹੀ, ਸਾਡਾ ਤਾਂ ਇੱਥੇ ਇੱਕ ਵੀ ਨਹੀਂ ਰਹਿ ਗਿਆ ਸੀ। ਜੋ ਬੱਚਾ ਜੇਲ੍ਹ ਦੀਆਂ ਚਾਰ ਦੀਵਾਰਾਂ ਦੇ ਵਿੱਚ ਪੈਦਾ ਹੋਇਆ ਸੀ ਉਹ ਉਹਨਾਂ ਦੇ ਵਿਚਕਾਰ ਨਹੀਂ ਹੈ। 38 ਸਾਲ ਦੀ ਉਮਰ ਦੇ ਵਿੱਚ ਕੈਂਸਰ ਦੇ ਚੱਲਦਿਆਂ ਉਸਦੀ ਮੌਤ ਹੋ ਗਈ। ਜਿਸ ਬੰਦਾ ਵੇਖਿਆ ਹੋ ਨਾ ਅੱਖੀ ਦੁੱਖ, ਉਹਨੂੰ ਡਰ ਡਰ ਲੱਗਦੇ ਲੱਗਦਾ। ਇਹ ਤਾਂ ਸਾਡੇ ਨਾਲ ਬਹੁਤ, ਅਸੀਂ ਤਾਂ ਜਿਹੜਾ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਜਿੰਦੇ ਰਹਾਂਗੇ ਕਿਤੇ। ਉਹ ਜਿਹੜਾ ਸੀ ਜਿਹੜਾ ਕਿਸੇ ਕੋਲ ਗੜੀ ਵੇਲਣਾ ਸੀ ਫੌਜੀ, ਉਹ ਲਵਾ ਕੇ ਕਹਿੰਦਾ ਵੀ ਅਫਸਰ ਨੂੰ ਗੱਲ ਕਿਤੇ ਮੈਂ ਗੋਲੀ ਮਾਰ ਦਿੱਤਾ। ਸਾਡੇ ਉਹ ਜਿਹੜਾ ਸੀ, ਸਾਨੂੰ ਜਾਨ ਨਾਲ ਗੜੀ ਪਿਆਰੀ ਸੀਗੇ, ਸਾਡੀ ਜਾਨ ਪਿਆਰੀ। ਬਾਰਡਰ ਫਿਲਮ ਦੇ ਮੇਜਰ ਕੁਲਦੀਪ ਸਿੰਘ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ, ਪਰ ਉਸ ਵਕਤ ਫਾਜ਼ਿਲਕਾ ਦੇ ਇਹਨਾਂ ਪਿੰਡਾਂ ਦੇ ਵਿੱਚ ਵੀ ਇੱਕ ਜੰਗ ਚੱਲ ਰਹੀ ਸੀ, ਧਰਤੀ ਮਾਂ ਦੀ ਰੱਖਿਆ ਦੇ ਲਈ ਘੁਸਪੈਠ ਦੇ ਖਿਲਾਫ਼। ਅਤੇ ਇੱਥੇ ਹੀਰੋ ਸਥਾਨਕ ਲੋਕ ਅਤੇ ਸੈਨਾ ਦੇ ਜਵਾਨ ਸਨ ਜਿਨ੍ਹਾਂ ਨੇ ਫਖਰ ਦੇ ਨਾਲ ਜਿੱਤ ਹਾਸਲ ਕੀਤੀ। ਸ਼ਹੀਦਾਂ ਦੀ ਸਮਾਧੀ 'ਤੇ ਦੁਸ਼ਮਣ ਤੋਂ ਜਿੱਤੇ ਟੈਂਕ ਅਤੇ ਤੋਪਾਂ ਮੌਜੂਦ ਨੇ। ਮੈਦਾਨੀ ਇਲਾਕਾ ਜਿਹੜਾ ਖਾਲੀ ਕਰਾਇਆ ਗਿਆ ਅਤੇ ਪਾਕਿਸਤਾਨ ਨੂੰ ਮੂੰਹ ਦਿਖਾਉਣੀ ਪਈ। ਉਹਨਾਂ
ਹੀਰੋ ਨੂੰ ਤੁਹਾਨੂੰ ਦਿਖਾਉਂਦੇ ਹਾਂ। ਉਹਨਾਂ ਹੀਰੋ ਦੀ ਯਾਦ ਵਿੱਚ ਜਿਹੜੀ ਹੈ ਅਸਫ ਵਾਲਾ ਸਮਾਧ ਦੇ ਪਿੱਛੇ ਇੱਕ ਕਮਰਾ ਬਣਾਇਆ ਗਿਆ, ਯਾਦਗਾਰ ਬਣਾਈ ਗਈ ਹੈ, ਜਿਸ ਵਿੱਚ 1971 ਦਾ ਜਿਹੜਾ ਇਤਿਹਾਸ ਲਿਖਿਆ ਗਿਆ ਹੈ। ਇਹ ਤਸਵੀਰਾਂ ਜਿਹੜੀਆਂ ਨੇ ਇਹ ਉਹਨਾਂ ਹੀਰੋ ਦੀਆਂ ਨੇ ਜਿਨ੍ਹਾਂ ਹੀਰੋ ਦੀ ਬਦੌਲਤ ਜਿਹੜਾ ਫਾਜ਼ਿਲਕਾ ਇਲਾਕਾ ਬਚਿਆ ਅਤੇ ਪਾਕਿਸਤਾਨ ਨੂੰ ਮੂੰਹ ਦਿਖਾਉਣੀ ਪਈ। ਜੇ ਤਸਵੀਰਾਂ ਦੀ ਗੱਲ ਕਰ ਲਈਏ ਤਾਂ ਇਕੱਲੇ ਸਿਪਾਹੀ ਦੀ ਜਿਹੜੀ ਹੈ, ਇੱਕ ਇਕੱਲੇ ਜਵਾਨ ਦੀ ਜਿਹੜੀ ਗੱਲ ਕਰ ਲਈਏ ਤਾਂ ਤਸਵੀਰਾਂ ਦੇ ਅੰਦਰ ਇਕੱਲਾ ਜਵਾਨ ਜਿਹੜਾ ਪਾਕਿਸਤਾਨੀ ਫੌਜ ਤੇ ਭਾਰੀ ਪਿਆ। ਜੰਗ ਖਤਮ ਹੋਣ ਦੇ ਬਾਅਦ ਸੈਨਾ ਦੇ ਨਾਲ ਮਿਲ ਕੇ ਪਿੰਡ ਵਾਸੀਆਂ ਨੇ ਸਾਰੇ ਸ਼ਹੀਦ ਜਵਾਨਾਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਤੇ ਪਿੰਡ ਆਸਫ ਵਾਲਾ ਦੇ ਵਿੱਚ ਉਹਨਾਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ। ਇਸ ਸਮਾਧੀ ਦੇ ਪਿੱਛੇ ਇੱਕ ਕਮਰੇ ਦੇ ਵਿੱਚ 1971 ਤੇ 1965 ਦੇ ਵਿੱਚ ਸ਼ਹੀਦ ਹੋਏ ਜਵਾਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ, ਜੋ ਇਹਨਾਂ ਸ਼ੂਰਵੀਰਾਂ ਦੀ ਗਾਥਾ ਨੂੰ ਸੁਣਾਉਂਦੀਆਂ ਨੇ ਤਾਂ ਕਿ ਲੋਕਾਂ ਨੂੰ ਇਸ ਇਤਿਹਾਸਕ ਯੁੱਧ ਬਾਰੇ ਪਤਾ ਲੱਗ ਸਕੇ। 18 ਦਸੰਬਰ ਨੂੰ ਜਿਹੜੀ ਹੈ 1971 ਦੇ ਅੰਦਰ ਜਿਹੜੇ ਤਮਾਮ ਸ਼ਹੀਦ ਜਿਹੜੇ ਇਸ ਇਲਾਕੇ ਦੇ ਅੰਦਰ ਹੋਏ ਸੀ, ਭਾਰਤੀ ਫੌਜ ਦੇ ਜਵਾਨਾਂ ਨੂੰ ਇੱਕ ਥਾਂ ਦੇ ਉੱਤੇ ਪਿੰਡ ਆਸਫ ਵਾਲਾ ਦੇ ਅੰਦਰ ਇਕੱਠਾ ਕੀਤਾ ਗਿਆ, ਜਿੱਥੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ, ਅੰਤਿਮ ਸੰਸਕਾਰ ਕੀਤਾ ਗਿਆ। ਇਹ ਉਹੀ ਜਗ੍ਹਾ ਹੈ ਜਿਸ ਜਗ੍ਹਾ 'ਤੇ 90 ਫੁੱਟ ਜਿਹੜੀ ਲੰਬੀ ਜਿਹੜੀ ਹੈ ਚਿਤਾ ਬਣਾ ਕੇ ਉਹਨਾਂ ਦੇ ਅੰਦਰ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ 90 ਫੁੱਟ ਲੰਬੀ ਅਤੇ 18 ਫੀਟ ਚੌੜੀ ਜਿਹੜੀ ਇਹ ਇੱਕ ਚਿਤਾ ਬਣਾਈ ਗਈ, ਜਿਹਦੇ ਵਿੱਚ ਕਈ ਸ਼ਹੀਦਾਂ ਨੂੰ ਜਿਹੜੇ ਭਾਰਤੀ ਜਵਾਨ ਜਿਹੜੇ ਸੀਗੇ ਸ਼ਹੀਦ ਹੋਏ ਸੀ ਜੰਗ ਦੇ ਅੰਦਰ, ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਅਤੇ ਜਿਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਤੇ 1972 ਦੇ ਅੰਦਰ ਫਾਜ਼ਿਲਕਾ ਦੇ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਜਿਹੜਾ ਹੈ ਇਸ ਇਲਾਕੇ ਦੇ ਅੰਦਰ ਇੱਕ ਸਮਾਧ ਨੂੰ ਜਿਹੜਾ ਤਿਆਰ ਕੀਤਾ ਗਿਆ। ਕਈ ਯੁੱਧਾਂ ਦੇ ਬਾਅਦ ਵੀ ਭਾਰਤ ਪਾਕਿਸਤਾਨ ਦੇ ਵਿਚਕਾਰ ਪੰਜਾਬ ਦੀਆਂ 3 ਜਗ੍ਹਾਵਾਂ 'ਤੇ ਫਾਜ਼ਿਲਕਾ, ਫਿਰੋਜ਼ਪੁਰ ਅਤੇ ਹੁਸੈਨੀਵਾਲਾ, ਅੰਮ੍ਰਿਤਸਰ ਅਤੇ ਵਾਹਗਾ ਬਾਰਡਰ ਦੀਆਂ ਸਰਹੱਦਾਂ 'ਤੇ ਰੀਟਰੀਟ ਸੈਰੇਮਨੀ ਹੁੰਦੀ ਹੈ, ਜਿਸ ਦੇ ਵਿੱਚ BSF ਦੇ ਜਵਾਨ ਪਾਕਿਸਤਾਨ ਦੇ ਰੇਂਜਰਾਂ ਨੂੰ ਸੀਨਾ ਤਾਣ ਕੇ ਦਲਕਾਰਦੇ ਹੋਏ ਵਿਖਾਈ ਦਿੰਦੇ ਨੇ। ਇਹ ਕਹਿ ਸਕਦੇ ਹਾਂ ਕਿ ਵੱਡਾ ਇਲਾਕਾ ਜਿਹੜਾ ਪਾਕਿਸਤਾਨ ਕੋਲ ਸੀਗਾ ਉਸਨੂੰ ਭਾਰਤੀ ਫੌਜ ਵੱਲੋਂ ਜਿਹੜਾ ਛੁਡਵਾਇਆ ਗਿਆ, ਅਤੇ ਅੱਜ ਉਹਨਾਂ ਸ਼ਹੀਦਾਂ ਨੂੰ ਜਿਹੜਾ ਲੋਕ ਨਮਨ ਕਰਦੇ ਨੇ, ਅਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਜਿਹੜੀ ਇਹ ਇਸ ਤਰ੍ਹਾਂ ਦੀਆਂ ਗਾਥਾਂ ਜਿਹੜੀਆਂ ਲੋਕ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਰਹਿਣਗੇ। ਪ੍ਰਦੀਪ ਕੁਮਾਰ, ਨਿਊਜ਼ 18, ਪਿੰਡ ਆਸਫ ਵਾਲਾ, ਫਾਜ਼ਿਲਕਾ।